दोस्तों 5-6 तरीके दसांगे बट पाउण दे। वीडियो नूं स्टार्टिंग तो लैके एंड तक जरूर देखियो। जे तुहानूं बट नहीं पाउणे हुंदे तां सिख जावोंगे। सत श्री अकाल दोस्तो, टर्बन किंग प्रदीप सिंह गहल फेसबुक पेज ते सारे वीरां दा स्वागत आ। ते जिहड़े वी वीर यूट्यूब चैनल ते देख रहे आ ते वीडियो नूं शेयर जरूर कर दिओ। अज आपां 5 तरीके लैके आए आ जिहड़े बट पाउण दे, 5 वख-वख तरीके तुहानूं दसांगे। ते वीडियो नूं स्टार्टिंग तो लैके एंड तक जरूर देखियो। सब तों पहला लड़ लाउण तों ਤੁਸੀਂ ਦੇਖਣਾ, ਦੋ ਜਿਹੜੇ ਪਤਲੇ ਪੱਲੇ ਆ ਉਹ ਥੱਲੇ ਵਾਲੀ ਸਾਈਡ ਰੱਖਣਾ। ਪਹਿਲੇ ਲੜ ਤੋਂ ਲੈ ਕੇ ਅਖੀਰ ਤੱਕ ਦੋ ਪਤਲੇ ਪੱਲੇ ਥੱਲੇ ਵਾਲੀ ਸਾਈਡ, ਇਸ ਜਗ੍ਹਾ ਤੋਂ ਪਿੰਚ ਕਰਕੇ 1, 2, 3, 4 ਐਵੇਂ ਇਕੱਠੇ ਕਰਕੇ ਇਸ ਤਰੀਕੇ ਨਾਲ ਵੱਟ ਪੈ ਜਾਣਗੇ। ਹਲਕਾ ਹਲਕਾ ਐਵੇਂ ਤੁਸੀਂ ਹਿਲਾ ਲੈਣਾ। ਇਸ ਤਰੀਕੇ ਦੇ ਨਾਲ ਪਹਿਲੇ ਲੜ ਦੇ ਵਿੱਚ ਵੱਟ ਪੈ ਗਏ ਆਪਣੇ, ਠੀਕ ਹੈ ਜੀ। ਧਿਆਨ ਦੇ ਵਿੱਚ ਰੱਖਣਾ, ਜਦੋਂ ਪਹਿਲਾ ਲੜ ਲਾ ਲਿਆ ਉੱਪਰੋਂ ਲੜ ਨੂੰ ਐਵੇਂ ਮੋੜਨਾ ਤਾਂ ਕਿ ਲੜ ਖਿਸਕੇ ਨਾ। ਇਸ ਤੋਂ ਬਾਅਦ ਦੂਸਰਾ ਲੜ ਫਿਰ ਪਤਲੇ ਪੱਲੇ ਥੱਲੇ ਵਾਲੀ ਸਾਈਡ, ਇੱਧਰੋਂ ਉੱਪਰ ਵਾਲੀ ਸਾਈਡ ਤੋਂ ਮੋੜ ਕੇ ਜਿਹੜਾ ਹੱਥ ਪਾਉਣਾ ਉਹ ਅੱਗੇ ਵਾਲੀ ਸਾਈਡ ਇਸ ਤਰੀਕੇ ਨਾਲ ਦਿਖਣਾ ਚਾਹੀਦਾ ਤੁਹਾਡਾ। ਇਸ ਤੋਂ ਬਾਅਦ ਕੀ ਕਰਨਾ, ਇੱਥੋਂ ਇੱਕ ਤਾਂ ਤਰੀਕਾ ਤੁਹਾਡਾ ਇਹ ਐਵੇਂ ਇਕੱਠਾ ਕਰਕੇ ਵੱਟ ਪੈ ਜਾਣਗੇ। ਇਹ ਐਟੋਮੈਟਿਕ ਵੱਟ ਪੈ ਜਾਂਦੇ ਹੁੰਦੇ ਆਪਣੇ ਆਪ, ਐਵੇਂ ਤੁਸੀਂ ਲੜ ਲਾ ਸਕਦੇ ਹਾਂ। ਦੇਖੋ ਇਸ ਤੋਂ ਬਾਅਦ ਇੱਕ ਹੋਰ ਤਰੀਕਾ, ਜਿਹੜਾ ਉਹ ਤਰੀਕਾ ਹੈਗਾ ਤੁਹਾਡਾ, ਇੱਥੋਂ 1, 2, 3, 4, 5, 6, 7 ਐਵੇਂ ਕਰਕੇ ਹੁਣ ਜਿਹੜੇ ਵਿੱਚ ਵੱਟ ਪਏ ਸੀ ਉਹਨਾਂ ਨੂੰ ਐਵੇਂ ਹਿਲਾ ਕੇ ਤੁਸੀਂ ਦੇਖੋ ਇਸ ਤਰੀਕੇ ਦੇ ਨਾਲ ਪਾ ਸਕਦੇ ਹਾਂ। ਸੋ ਕਿਉਂਕਿ ਇਹ ਤਰੀਕਾ ਹੋ ਗਿਆ, ਉੱਪਰ ਵਾਲੀ ਸਾਈਡ ਤੋਂ ਹਲਕਾ ਜਿਹਾ ਸੈੱਟ ਕਰ ਸਕਦੇ ਹਾਂ। ਇਸ ਤੋਂ ਬਿਨਾਂ ਅਗਲੇ ਲੜ ਦੇ ਵਿੱਚ ਹੁਣ ਆਪਾਂ ਦੱਸਾਂਗੇ ਇੱਕ ਹੋਰ ਤਰੀਕਾ। ਲਓ ਜੀ, ਇੱਥੋਂ ਅਗਲਾ ਲੜ, ਇੱਥੇ ਫਿਰ ਜਾਂ ਤੁਸੀਂ ਐਵੇਂ ਜੇ ਤੁਹਾਡੀ ਪ੍ਰੈਕਟਿਸ ਜ਼ਿਆਦਾ ਗਈ ਫਿਰ ਤੁਸੀਂ ਸਿੰਪਲ ਐਵੇਂ ਇਕੱਠਾ ਕਰਕੇ ਵੱਟ ਪਾ ਸਕਦੇ ਹੋ। ਜੇ ਪ੍ਰੈਕਟਿਸ ਨਹੀਂ ਜ਼ਿਆਦਾ ਹੈਗੀ ਫਿਰ ਤੁਸੀਂ ਇੱਕ ਹੋਰ ਤਰੀਕਾ, ਥੱਲਿਓਂ ਇਕੱਠੇ ਕਰ ਸਕਦੇ, 2, 3, 4, 5 ਇਕੱਠੇ ਕਰਕੇ ਐਵੇਂ ਲੜ ਲਾ ਸਕਦੇ। ਇਹਦੇ ਵਿੱਚ ਆਪਣੇ ਵੱਟ ਪੈ ਜਾਂਦੇ ਹੁੰਦੇ ਆ, ਉਹ ਹਲਕੇ ਹਲਕੇ ਵੱਧ ਵਿੱਚ ਤੁਸੀਂ ਬਾਕੀ ਆ ਜਿਹੜੀ ਸੈਟਿੰਗ ਆ ਉਹ ਆਵਾਜ਼ ਦੀ ਹੈਲਪ ਨਾਲ ਜਾਂ ਫਿਰ ਪੱਗ ਪਿੰਨ ਦੀ ਹੈਲਪ ਦੇ ਨਾਲ ਸੈਟਿੰਗ ਕਰ ਸਕਦੇ ਹੁੰਦੇ ਜੇ ਵਾਲੇ ਬਰੀਕ ਵੱਟ ਪਾਉਣੇ ਆ। ਲਓ ਜੀ, ਹਲਕਾ ਜਿਹਾ ਫਰੰਟ ਤੋਂ ਸੈੱਟ ਕਰਾਂਗੇ ਆਪਾਂ। ਲਓ ਜੀ, ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਵਾਟ ਆ ਜਿਹੜੇ ਪੈ ਚੁੱਕੇ ਨੇ। ਇਸ ਤੋਂ ਬਾਅਦ ਅਗਲੇ ਲੜ ਦੇ ਵਿੱਚ ਫਿਰ ਤੁਸੀਂ ਦੇਖੋਗੇ, ਜੇ ਤੁਸੀਂ ਚਾਹੁੰਦੇ ਹੋ ਵੀ ਪੱਗ ਪਿੰਨ ਨਾਲ ਜਾਂ ਆਵਾਜ਼ ਨਾਲ ਵੱਟ ਪਾਉਣੇ ਆ ਫਿਰ ਹਲਕਾ ਜਿਹਾ ਲੜ ਢਿੱਲਾ ਲਾਉਣਾ, ਐਵੇਂ ਇਕੱਠਾ ਕੀਤਾ, ਇਕੱਠਾ ਕਰਕੇ ਜਿਵੇਂ ਵੀ ਲਾ ਗਿਆ ਇੱਥੋਂ ਫੜ ਕੇ ਪਿੰਚ ਭਰ ਕੇ ਥੱਲੇ ਨੂੰ ਖਿੱਚ ਲੈਣਾ, ਐਂ ਲਾ ਕੇ ਲੜ ਉੱਪਰ ਵਾਲੀ ਸਾਈਡ ਮੋੜ ਦੇਣੀ ਆ। ਇੱਥੋਂ ਇਸ ਤਰੀਕੇ ਦੇ ਨਾਲ ਲੜ ਸੱਗ ਜੂਗਾ ਤੁਹਾਡਾ। ਜਿਹੜਾ ਫਰੰਟ ਤੋਂ ਆ ਇਸ ਇਹਨੂੰ ਆਪਾਂ ਅੰਗੂਠੇ ਦੇ ਨਾਲ ਦੱਬ ਕੇ ਐਵੇਂ ਅਤੇ ਉੱਪਰ ਵਾਲੀ ਸਾਈਡ ਤੋਂ ਸੈੱਟ ਕਰ ਸਕਦੇ ਹਾਂ। ਲਓ ਜੀ, ਨਵਕ ਆਪਣੀ ਪੂਰੀ ਵਧੀਆ ਬਣ ਚੁੱਕੀ ਹੈ। ਇਸ ਤੋਂ ਬਾਅਦ ਫਿਰ ਇੱਧਰਲੀ ਸਾਈਡ ਤੋਂ ਲੜ ਥੱਲੇ ਆਈ ਜਾਣਗੇ ਹਲਕੇ ਹਲਕੇ, ਇੱਧਰੋਂ ਲੜ ਥੱਲੇ ਆਉਣਾ ਅਤੇ ਦੂਸਰੀ ਸਾਈਡ ਤੋਂ ਲੜ ਹਲਕਾ ਹਲਕਾ ਉੱਪਰ ਜਾਗਦੇ ਜਾਵਾਂਗੇ। ਦੇਖੋ ਇੱਥੋਂ ਐਵੇਂ ਇਕੱਠਾ ਕਰ ਲੈਣਾ, ਇੱਥੇ ਅੰਗੂਠਾ ਲਾਇਆ ਥੱਲੇ ਨੂੰ ਖਿੱਚ ਲੈਣਾ, ਇੰਨੇ ਤਰੀਕੇ ਇਹਦੇ ਨਾਲ ਹੀ ਤੁਹਾਡੇ ਵੱਟ ਪੈ ਜਾਣਗੇ। ਕਦੇ ਵੀ ਐਵੇਂ ਨਹੀਂ ਲੜ ਮੋੜਨਾ, ਐਵੇਂ ਕਈ ਵਾਰੀ ਕੀ ਕਰ ਦਿੰਦੇ ਐਵੇਂ ਅੰਦਰਲੀ ਸਾਈਡ ਲੜ ਮੋੜ ਦਿੰਦੇ ਆ, ਐਵੇਂ ਨਹੀਂ ਮੋੜਨਾ। ਇੱਧਰ ਇਕੱਠਾ ਕਰਕੇ ਹਲਕੇ ਹਲਕੇ ਹੱਥਾਂ ਦੇ ਨਾਲ ਪਿੰਚ ਸੈੱਟ ਕਰਕੇ ਇਸ ਤਰੀਕੇ ਦੇ ਨਾਲ ਜਿਹੜੇ ਆ ਵੱਟ ਤੁਹਾਡੇ ਪੈ ਜਾਣਗੇ। ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਵੱਟ ਪੈ ਚੁੱਕੇ ਆ। ਇਸ ਤੋਂ ਬਾਅਦ ਲਾਸਟ ਲੜ ਦੇ ਵਿੱਚ ਫਿਰ ਇੱਧਰ ਵਾਲੀ ਸਾਈਡ ਤੋਂ ਸੈਟਿੰਗ ਕਰਕੇ ਪ੍ਰੋਪਰ ਸ਼ੇਪ ਜਿਹੜੀ ਵਧੀਆ ਲੱਗੇ ਆਪਣੀ ਉਸ ਤਰੀਕੇ ਦੇ ਨਾਲ, ਜਾਂ ਤਾਂ ਤੁਸੀਂ ਲਾਸਟ ਲੜ ਐਵੇਂ ਕਰਕੇ ਸਾਫ਼ ਕਰਕੇ ਲਾ ਸਕਦੇ ਹੋ ਇਸ ਤਰੀਕੇ ਦੇ ਨਾਲ। ਜੇ ਸਾਫ਼ ਕਰਕੇ ਨਹੀਂ ਲਾਉਣਾ, ਤੁਸੀਂ ਚਾਹੁੰਦੇ ਹੋ ਵੀ ਵਧੀਆ ਸ਼ੇਪ ਆਪਣੀ ਲਾਸਟ 'ਤੇ ਵੀ ਬਣੇ, ਫਿਰ ਤੁਸੀਂ ਕੀ ਕਰਨਾ, ਇੱਥੋਂ ਇਕੱਠਾ ਕੀਤਾ, ਇਕੱਠਾ ਕਰਕੇ ਇੱਥੋਂ ਉੱਪਰ ਨੂੰ ਚੱਕ ਦੇਣੀ ਆ ਸ਼ੇਪ ਆਪਾਂ।
ਉੱਪਰ ਨੂੰ ਚੱਕ ਕੇ ਸ਼ੇਪ ਆਹ ਅੰਦਰ ਕਰ ਦੇਣਾ ਲੜ ਨੂੰ। ਦੇਖੋ ਜੀ ਜੇ ਤੁਸੀਂ ਫਿਰ ਲਾਸਟ 'ਤੇ ਵੀ ਤੁਹਾਨੂੰ ਲੱਗਦਾ ਵੀ ਯਾਰ ਲੜ ਥੋੜ੍ਹਾ ਜਿਹਾ ਉੱਚਾ ਤਾਂ ਇਹਨੂੰ ਹਲਕਾ ਜਿਹਾ ਇੱਥੋਂ ਸੈੱਟ ਕਰ ਸਕਦੇ ਹਾਂ ਆਵਾਜ਼ ਦੀ ਹੈਲਪ ਦੇ ਨਾਲ। ਸਾਰੇ ਲੜਾਂ ਦੀ ਨੋਕ ਤੋਂ ਸੈਟਿੰਗ ਕਰਕੇ ਜਿਹੜਾ ਤੁਸੀਂ ਲਾਸਟ ਵਾਲਾ ਲੜ ਆ ਉਹ ਲਾਉਣਾ ਹੈਗਾ। ਲਾਸਟ ਵਾਲਾ ਲੜ ਆਪਾਂ ਸਿੱਧੇ ਦਾ ਸਿੱਧਾ ਲਾਵਾਂਗੇ ਦਸਤਾਰ ਦੇ ਵਿੱਚ ਤਾਂ ਕਿ ਸੋਹਣਾ ਜ਼ਿਆਦਾ ਲੱਗੂਗਾ ਇਹ। ਅੰਦਰਲੀ ਸਾਈਡ ਨੂੰ ਲੜ ਮੋੜ ਕੇ ਹਲਕਾ ਜਿਹਾ ਇੱਧਰ ਹਲਕੇ ਹਲਕੇ ਵੱਟ ਪਾ ਲੈਣੇ ਆ ਅਤੇ ਇੱਥੋਂ ਤੁਹਾਡਾ ਇਕੱਠਾ ਕਰਕੇ ਸਿੱਧੇ ਦਾ ਸਿੱਧਾ ਲੜ ਲੱਗ ਜੂਗਾ। ਸੋ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਦਸਤਾਰ ਆ ਜਿਹੜੀ ਇਸ ਸ਼ੇਪ ਦੇ ਵਿੱਚ ਤੁਹਾਡੇ ਜੱਚਦੀ ਆ। ਅਤੇ ਫਰੀ ਸਟਾਈਲ ਦੀ ਫਰੀ ਸਟਾਈਲ ਪੱਗ ਬਾਕੀ ਤਿੰਨ ਚਾਰ ਤਰੀਕੇ ਤੁਹਾਨੂੰ ਵੱਟ ਪਾਉਣ ਦੇ ਵੀ ਦੱਸਤੇ। ਜੇ ਇਹਦੇ ਤੋਂ ਬਿਨਾਂ ਹੋਰ ਤਰੀਕੇ ਦੇ ਨਾਲ ਜੇਕਰ ਤੁਸੀਂ ਦਸਤਾਰ ਚਾਹੁੰਦੇ ਹੋ ਸਿੱਖਣੀ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਤੁਸੀਂ ਕਰ ਸਕਦੇ ਹੋ। ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਉਸੇ ਟੋਪਿਕ ਦੇ ਉੱਤੇ ਜਿਹੜੀ ਵੀਡੀਓ ਆ ਉਹ ਲੈ ਕੇ ਆਵਾਂਗੇ। ਲਾਸਟ 'ਤੇ ਸਿਰ ਕਵਰ ਕਰ ਦੇਣਾ। ਸਿਰ ਕਵਰ ਕਰਨ ਦੇ ਦੌਰਾਨ ਧਿਆਨ 'ਚ ਰੱਖਣਾ ਜਿਵੇਂ ਲੜ ਆਪਾਂ ਖੋਲ੍ਹਣਾ ਉਵੇਂ ਹੀ ਉਹ ਕਰ ਦੇਣਾ ਸਿਰ ਢੱਕ ਦੇਣਾ ਉਸ ਤਰੀਕੇ ਦੇ ਨਾਲ। ਕਦੇ ਨਾ ਆਪਣਾ ਲੜ ਨੂੰ ਖੋਲ੍ਹੋ ਜਿਹਦੇ ਨਾਲ ਤੁਹਾਡਾ ਜਿਹੜਾ ਕਿ ਲਾਸਟ ਦੇ ਉੱਤੇ ਆਪਣੇ ਫਰੰਟ ਦੇ ਉੱਤੇ ਵੱਟ ਪਵੇ। ਤੁਸੀਂ ਦੇਖ ਸਕਦੇ ਹੋ ਜਾਂ ਤਾਂ ਇਸ ਤਰੀਕੇ ਨਾਲ ਦਸਤਾਰ ਦਾ ਲਾਸਟ ਲੜ ਲਾ ਸਕਦੇ ਹਾਂ ਜਾਂ ਫਿਰ ਇਹਦੇ ਤੋਂ ਬਿਨਾਂ ਹੋਰ ਤਰੀਕੇ ਵੀ ਬਹੁਤ ਆ ਐਵੇਂ ਘੁਮਾ ਕੇ ਐਵੇਂ ਵੀ ਲਾ ਸਕਦੇ ਹਾਂ ਬਿਨਾਂ ਪੱਗ ਪਹਿਨ ਤੋਂ। ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ। ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ। ਜਾਉਣ ਦੇ ਵਾਸਤੇ ਰਹੋ।